ਸੇਵੀ ਸੰਸਥਾਨ ਦੇ ਲੋਕਾਂ ਨੇ ਗੁੱਜਰ ਦੇ ਡੇਰੇ ਤੋਂ ਮਦਬੁੱਧੀ ਬੇਜਬਾਨ ਨੌਜਵਾਨ ਨੂੰ ਬੰਧੂਆ ਮਜ਼ਦੂਰੀ ਤੋਂ ਕਰਵਾਇਆ ਆਜ਼ਾਦ। ਬਟਾਲਾ ਦੇ ਨਜ਼ਦੀਕ ਇੱਕ ਗੁੱਜਰਾਂ ਦੇ ਡੇਰੇ ਤੋਂ ਮਦਬੁੱਧੀ ਬੇਜਬਾਨ ਨੌਜਵਾਨ ਨੂੰ ਸਮਾਜ ਸੇਵੀ ਲੋਕਾਂ ਵੱਲੋਂ ਛੁਡਵਾਇਆ ਗਿਆ। ਦੱਸਿਆ ਜਾ ਰਿਹਾ ਹੈ ਗੁੱਜਰਾਂ ਨੇ ਉਸ ਨੂੰ ਆਪਣੇ ਕੋਲ ਰੱਖਿਆ ਹੋਇਆ ਸੀ ਅਤੇ 24 ਘੰਟੇ ਉਸ ਕੋਲੋਂ ਕੰਮ ਕਰਵਾਉਂਦੇ ਸਨ। ਇਹ ਨੌਜਵਾਨ ਨਾ ਤਾਂ ਬੋਲ ਸਕਦਾ ਹੈ ਅਤੇ ਸਰੀਰਕ ਪੱਖੋਂ ਵੀ ਅਪਾਹਜ ਹੈ। ਇੱਥੋਂ ਤੱਕ ਕਿ ਸਰਦੀ ਦੇ ਮੌਸਮ ਵਿੱਚ ਵੀ ਉਸ ਮਜ਼ਦੂਰ ਦੇ ਪੈਰਾਂ ਵਿੱਚ ਚੱਪਲਾਂ ਵੀ ਨਹੀਂ ਸਨ ਅਤੇ ਜਦੋਂ ਸਮਾਜ ਸੇਵੀ ਸੰਸਥਾ ਦੇ ਲੋਕਾਂ ਨੇ ਆ ਕੇ ਇਸ ਮਜ਼ਦੂਰ ਨੂੰ ਗੁੱਜਰਾਂ ਦੇ ਡੇਰੇ ਤੋਂ ਆਜ਼ਾਦ ਕਰਵਾਇਆ ਤਾਂ ਇਸ ਮਜ਼ਦੂਰ ਦੇ ਚਿਹਰੇ 'ਤੇ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ। ਮੱਖਣ ਮੇਰਾ ਹੀ ਮੱਖਣ ਦਾ ਕਦੋਂ ਦਾ ਬੰਦਾ ਰੱਖਿਆ ਦਾ ਤੇ ਕਿਉਂ ਰੱਖਿਆ? ਹੋ ਗਏ 2 ਮਹੀਨੇ ਹੋ ਗਏ ਬਾਈ। ਹਾਂਜੀ, ਆ ਵੀ ਆਇਆ ਸੀ, ਕਹਿੰਦਾ ਰਿਸ਼ਤੇਦਾਰ ਨਾਲ ਤੁਹਾਡੇ ਕੋਲ ਰੋਟੀ ਰਾਟੀ ਖਾਣੀ ਹੈ। ਮੈਂ ਕਿਹਾ ਨਹੀਂ, ਰਿਸ਼ਤੇਦਾਰੀ ਨਹੀਂ। ਆ ਵੀ ਮੰਡੀ 'ਚ ਤੁਰਦਾ ਫਿਰਦਾ ਆ ਗਿਆ ਤੇ ਕਹਿੰਦਾ ਮੈਂ ਰੋਟੀ ਰਾਟੀ ਖਾ ਗਿਆ ਨਹੀਂ, ਇੱਥੇ ਰਾਖੀ ਰੁਖੀ ਰਹਿੰਦਾ ਸੀ। ਉਦੋਂ ਗੋਹਾ ਵੀ ਨਹੀਂ ਹੋਇਆ, ਸਗੋਂ ਡੰਗਰ ਬਾਹਰ ਸੀ। ਹੁਣ ਸਗੋਂ ਮਾੜਾ ਮੋਟਾ ਗੋਹਾ ਜਾਇਆ ਸੁੱਟ ਦਿੰਦਾ, ਰੋਟੀ ਰਾਟੀ ਖਾਂਦਾ ਰੱਜ ਕੇ। ਪੈਸੇ ਵੀ ਦੇ ਇਹਨੂੰ, ਪੁੱਛ ਲਓ ਭਾਵੇਂ ਪੈਸੇ ਦਿੰਦੇ ਨਾ, ਪੁੱਛ ਲਓ ਪੈਸੇ ਵੀ ਦੇ। ਨਹੀਂ, ਦਿਮਾਗ ਬੜਾ ਇਹਦਾ ਮਹਾਰਾਜ ਜੀ, ਕੁਛ ਕੋਈ ਦਿਨ ਅਸੀਂ ਧੱਕਾ ਨਹੀਂ ਕਰ ਸਕਦੇ। ਉਹ ਰੱਬ ਸਿਰ 'ਤੇ ਬਹਿੰਦਾ ਆ, ਗੁੰਗਾ ਦਾ ਵੀ ਹੱਡੀ ਕੇਵ ਦਾ ਗਿਆ ਨਹੀਂ, ਅਸੀਂ ਕਿੰਨਾ ਕੰਮ ਇਹਦੇ ਉਹ ਕਰਾ ਲਾਂਗੇ ਤੇ ਤਕੜਾ ਜੀ। ਇਹ ਬੰਦਾ ਚਲੋ ਇਹਨੂੰ ਧੱਕੇ ਨਾਲ ਰੱਖ ਲਾਂਗੇ ਜਾਂ ਹੱਡੀ ਕੇਵ ਦਾ ਹੈਗਾ ਵਿਚਾਰਾ, ਮਾੜਾ ਮੋਟਾ ਗੋਹਾ ਸੁਣਦਾ, ਰੋਟੀ ਖਾਂਦਾ, ਡੇਰੇ ਦੂਰੇ ਰਾਖੀ ਰੁਖੀ ਬਹਿ ਰਹਿੰਦਾ। ਹਾਂਜੀ, ਮੇਰਾ ਨਾਂ ਜੀ ਹਰਪ੍ਰੀਤ ਸਿੰਘ ਹੈਪੀ। ਦੇਖੋ ਜੀ, ਸਾਡੀ ਸੰਸਥਾ ਵੱਖ ਵੱਖ ਪਿੰਡਾਂ ਜਾਂ ਵੱਖ ਵੱਖ ਸ਼ਹਿਰਾਂ ਦੇ ਵਿੱਚੋਂ ਇੱਦਾਂ ਦੇ ਮੈਂਟਲੀ ਤੌਰ 'ਤੇ ਬਿਮਾਰ ਬੰਦਿਆਂ ਨੂੰ ਰੈਸਕਿਊ ਕਰਦੀ ਹੈ, ਆਸ਼ਰਮ 'ਚ ਰੱਖਦੀ, ਉਹਨਾਂ ਨੂੰ ਉਹਨਾਂ ਦੇ ਘਰ ਲੱਭਦੀ ਹੈ। ਅਤੇ ਤੇਰਾ ਹੀ ਆ, ਸੋ ਉਹਨਾਂ ਲਈ ਕੰਮ ਕਰਦੀ ਆ। ਸੋ ਇਸੇ ਤਰੀਕੇ ਨਾਲ ਸਾਨੂੰ ਗੁਪਤ ਚੋਰੀ ਵੀਡੀਓ ਆਉਂਦੀਆਂ, ਅਜੇ ਤਾਂ ਬਹੁਤ ਜ਼ਿਆਦਾ ਕੇਸ ਜਿਹੜਾ ਸਾਡੇ ਕੋਲ ਖੂਨਾਂ ਦੇ ਵਿੱਚ ਪੈਂਡਿੰਗ ਪਿਆ। ਅਸੀਂ ਹਰ ਡੇਰੇ ਹਰ ਘਰ ਦੇ ਵਿੱਚ ਨਹੀਂ ਜਾ ਰਹੇ, ਕਿਉਂ ਨਹੀਂ ਜਾ ਰਹੇ? ਲੋਕ ਆਪ ਸੁਚੇਤ ਹੋਣ, ਕਿਉਂਕਿ ਅਸੀਂ ਆਪਣਾ ਕੰਮ ਕਰਤਾ, ਅਸੀਂ ਲੋਕਾਂ ਨੂੰ ਦੱਸਤਾ ਕਿ ਤੁਸੀਂ ਇੱਥੇ ਗਲਤ ਹੋ। ਤਾਂ ਸੁਚੇਤ ਹੋਣਾ, ਸਮਝਦਾਰ ਹੋਣਾ ਲੋਕਾਂ ਦਾ ਕੰਮ ਹੈ। ਪਰ ਅਸੀਂ ਫਿਰ ਵੀ ਜਦੋਂ ਗੁਰੂ ਸਾਹਿਬ ਕਿਰਪਾ ਕਰਦੇ ਆ, ਹੈ ਨਾ, ਹੁਣ ਅੱਜ ਗੁਰੂ ਸਾਹਿਬ ਨੇ ਇਹਦੀ ਆਜ਼ਾਦੀ ਲਿਖੀ ਸੀ, ਅਜੇ ਆਪਣਾ ਜੀਵਨ ਹੁਣ ਜਾ ਕੇ ਇੱਕ ਆਪਣਾ ਆਜ਼ਾਦੀ ਨਾਲ ਜੀਵਨ ਜੀਊਗਾ। ਸੋ ਕਿਰਪਾ ਕੀਤੀ, ਸੋ ਵੱਖ ਵੱਖ ਥਾਵਾਂ ਤੋਂ ਸਾਨੂੰ ਵੀਡੀਓ ਆਉਂਦੀਆਂ ਨੇ। ਇਹਦੀ ਵੀ ਸਾਨੂੰ ਇੱਥੋਂ ਇਹ ਗੋਹੇ ਦੇ ਢੇਰਾਂ ਦੇ ਚਿੱਕੜ ਦੇ ਵਿੱਚ ਕਈ ਵਾਰੀ ਤੁਰਿਆ ਫਿਰਦਾ ਸੀ। ਦੇਖੋ ਇਹੋ ਜਿਹੀ ਠੰਡ ਦੇ ਵਿੱਚ ਉਹ ਜਿਹੜਾ ਪਾਣੀ ਖੜਾ ਨਾ ਠਰਿਆ, ਜਮਾਂ ਜਾਇਜ਼ ਨਹੀਂ, ਸਮਾਜਿਕ ਤੌਰ 'ਤੇ ਵੀ, ਅਕਾਲ ਪੁਰਖ ਦੀ ਦਰਗਾਹ ਦੇ ਤੌਰ 'ਤੇ ਵੀ ਜਮਾਂ ਜਾਇਜ਼ ਨਹੀਂ। ਕਿਉਂਕਿ ਵੇਖੋ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਜਿਹੜੀ ਹੈ ਨਾ, ਇਹ ਕਾਨੂੰਨਾਂ 'ਚ ਲਿਖੀ ਹੋਈ ਆ, ਤੁਸੀਂ ਨਹੀਂ ਕਰ ਸਕਦੇ, ਪਰ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਆ। ਇਹਨੂੰ ਇਹਦੀ ਮਤਲਬ ਆਗਿਆ ਤੋਂ ਬਿਨਾਂ ਰੱਖਿਆ ਜਾ ਰਿਹਾ। ਕੋਸ਼ਿਸ਼ ਪੂਰੀ ਕਰਾਂਗੇ ਤੁਹਾਡੇ ਮੀਡੀਆ, ਆਪਣਾ ਤੁਹਾਡੀਆਂ ਚੈਨਲਾਂ ਦੇ ਮਾਧਿਅਮ ਦੇ ਰਾਹੀਂ ਅਸੀਂ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਇਹ ਇਹਦਾ ਚਿਹਰਾ ਆ, ਕੋਈ ਵੀ ਇਹਦਾ ਪਹਿਚਾਣ ਚਿੰਨ ਨਹੀਂ ਹੈਗਾ, ਬੋਲ ਹੀ ਸਕਦਾ ਨਹੀਂ, ਗੱਲ ਸੁਣਦਾ ਪੂਰੀ ਆ ਜੀ, ਲੱਤਾਂ ਤੋਂ ਡਿਸੇਬਲ ਹੈ ਬਿਲਕੁਲ, ਤੁਰਿਆ ਇਹਦੇ ਕੋਲ ਜਾਂਦਾ ਨਹੀਂ, ਤੁਹਾਡੇ ਪੈਰ ਜਿਹੜੇ ਅੰਗੂਠੇ ਉਹ ਮੁੜ ਚੁੱਕੇ ਨੇ। ਇਹਨਾਂ ਕੋਲ ਤਾਂ ਇੱਥੇ ਕਰੀਬ ਕਹਿੰਦੇ ਨੇ 9 ਮਹੀਨੇ ਸਾਲ ਹੈ, ਪਰ ਹੋ ਸਕਦਾ ਇਹਨਾਂ ਕੋਲ ਪੁਰਾਣਾ ਹੋਵੇ, ਕਿਉਂਕਿ ਬੰਦੇ ਰੀਸਾਈਕਲ ਹੋਣ ਲੱਗ ਗਏ, ਬੰਦੇ ਬਦਲੇ ਜਾ ਰਹੇ ਨੇ ਹੁਣ। ਹੁਣ ਸੁਸਾਇਟੀਆਂ ਦੇ ਡਰ ਤੋਂ 3 ਮਹੀਨੇ ਇੱਥੇ ਲਵਾਓ, ਚੱਕ ਕੇ ਪਠਾਨਕੋਟ ਛੱਡ ਦਿਓ, ਪਠਾਨਕੋਟ ਵਾਲਾ ਬੰਦਾ ਇੱਥੇ ਲੈ ਆਓ। ਪਰ ਅਜੇ ਵੀ ਇਹਨਾਂ ਦੇ ਕਈ ਬੰਦੇ ਨੇ ਆ ਵੀਰ ਖੜੇ ਨੇ, ਇਹ ਬੜੇ ਸੁਚੇਤ ਹੋ ਗਏ ਨੇ, ਇਹਨਾਂ ਨੇ ਤੌਬਾ ਕਰਤੀ ਕਿ ਨਹੀਂ ਯਾਰ, ਆਪਣਾ ਕੰਮ ਆਪ ਕਰ ਲਓ ਯਾਰ, ਤੌਬਾ ਕਰੋ। ਮੇਰਾ ਨਾਮ ਗੁੱਕੂ ਪਾਲਾ ਜੀ। ਇੱਥੇ ਨਾ ਇੱਕ ਗੁਜਰਾਂ ਦੇ ਆਪਣੇ ਵਾਰਜ ਨੇ ਇੱਕ ਮੰਦਬੁੱਧੀ ਰੱਖਿਆ ਸੀ ਵੀਰ ਕੋਈ, ਅਤੇ ਜਿੰਨਾ ਕੋਲ ਗੋਹਾ ਕੂੜਾ ਸੁਟਾਉਂਦੇ ਸੀਗੇ ਹਨੇਰੇ 4 ਵਜੇ ਤੋਂ ਲੈ ਕੇ ਸ਼ਾਮੀ 8 ਵਜੇ ਤੱਕ, ਅਤੇ ਯਾਨੀ ਕਿ ਉਹਨਾਂ ਦੀ ਕੋਈ ਤਨਖਾਹ ਤੱਕ ਨਹੀਂ ਲਗਾਈ ਹੈਗੀ, ਇਕੱਲਾ ਰੋਟੀ 'ਤੇ ਹੀ ਕੰਮ ਚੱਲਦਾ ਪਿਆ। ਅਤੇ ਚਲੋ, 13 ਆਸਰਾ ਸੇਵਾ ਸਾਡੀ ਵਾਲੇ ਬਹੁਤ ਵਧੀਆ ਸੇਵਾ ਕਰ ਰਹੇ ਆ, ਤੋ ਇਸ ਟਾਈਮ ਇੱਥੇ ਆਏ ਆ, ਇਸ ਟਾਈਮ ਆਪਣੇ ਆਸ਼ਰਮ 'ਚ ਲੈ ਕੇ ਜਾਣਗੇ ਪ੍ਰੋਪਰ ਦਵਾਈ ਦਾਰੂ। ਇੱਥੇ ਜੀ ਕਿਸੇ ਡਰਾਈਵਰ ਨੇ ਉਹਨਾਂ ਨੂੰ ਵੀਡੀਓ ਪਾਈ ਸੀਗੀ, ਅਤੇ ਉਹ ਵੀਡੀਓ ਦੇ ਜ਼ਰੀਏ ਇੱਥੇ ਤੱਕ ਪਹੁੰਚੇ ਆ। ਕਿੰਨਾ ਕੁ ਜਾਇਜ਼ ਹੁੰਦਾ ਅਜਿਹੇ ਬੰਦਿਆਂ ਨੂੰ ਆਪਣੇ ਕੋਲ ਰੱਖਣਾ? ਜੀ, ਕਾਫੀ ਜਾਇਜ਼ ਆ ਜੀ, ਇਹ ਕਾਨੂੰਨੀ ਅਪਰਾਧ ਆ, ਕਿਸੇ ਨੂੰ ਆਪਣੇ ਅੰਡਰਗਰਾਊਂਡ ਰੱਖਣਾ ਬਹੁਤ ਗਲਤ ਗੱਲ ਆ। ਅਤੇ ਆਪਣਾ ਪੰਜਾਬ ਆ ਜੀ ਇਹ, ਅਤੇ ਤੁਹਾਨੂੰ ਪਤਾ ਕਿ ਇਹ ਜੀ ਫ੍ਰੀ ਦਾ ਕੰਮ ਕਰਾਉਂਦੇ ਆ, ਡੰਗਰ ਨਵਾਣੇ ਧਵਾਣੇ, ਧਾਰਾਂ ਕਢਾਉਣੀਆਂ ਦੁੱਧ ਦੀਆਂ, ਹੈ ਨਾ, ਅਤੇ ਆਪਣਾ ਕੂੜਾ ਕਰਕਟ ਕਰਕਟ ਕਰਨਾ, ਅਤੇ ਆਪ ਅਰਮਾਨ ਨਾਲ ਲਾਚੇ ਲੂਚੇ ਬਣ ਕੇ ਟੋਰ ਨਾਲ ਬਹਿੰਦੇ ਖਲਾਉਂਦੇ ਆ, ਖਾਂਦੇ ਪੀਂਦੇ ਆ, ਇਹਨਾਂ ਨੂੰ ਸਿਰਫ ਇੱਕ ਰੋਟੀ ਦੇ ਜ਼ਰੀਏ ਹੀ ਸਾਰਾ ਟਾਈਮ ਪਾਸ ਕੱਟਦੇ ਹੁੰਦਾ।